18 ਫਰਵਰੀ ਨੂੰ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਹੈ ਰੇਲ ਰੋਕੋ ਅੰਦੋਲਨ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਤਿਆਰੀ ਖਿੱਚ ਲਈ ਗਈ ਹੈ 18 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਰੇਲ ਰੋਕੋ ਅੰਦੋਲਨ ਜੋ ਹੈ ਉਹ ਕੀਤਾ ਜਾਏਗਾ ਸੋ ਐਸੇ ਦੇ ਤਹਿਤ ਪਠਾਨਕੋਟ ਤੋਂ ਗੁਰਪ੍ਰੀਤ ਸਿੰਘ ਮੇਰੇ ਸਹਿਯੋਗੀ ਜੁੜੇ ਨੇ ਜ਼ਿਆਦਾ ਜਾਣਕਾਰੀ ਲੈ ਲੈਣਿਆ ਗੁਰਪ੍ਰੀਤ ਜਕਰ ਦੇਖਿਆ ਜਾਏ ਤਾਂ ਰੇਲ ਰੋਕੋ ਅੰਦੋਲਨ ਨੂੰ ਲੈ ਕੇ ਕਿਸਾਨਾਂ ਦੀ ਕੀ ਕੁਝ ਤਿਆਰੀ ਹੈ ਜਾਣਕਾਰੀ ਚਾਹਾਂਗੇ ਜੀ ਮੇਰੇ ਭਾਈ ਦੱਸਦੇ ਨੇ ਚਾਹੁੰਦੇ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਕਿਸਾਨ ਜਿਹੜਾ ਉਹ ਰੋਸ਼ ਪ੍ਰਦਰਸ਼ਨ ਕਰਦਾ ਆ ਰਿਹਾ ਹੈ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਮੋਟਰਸਾਈਕਲ ਰੈਲੀਆਂ ਕੱਢੀ ਜਾ ਰਹੀਆਂ ਟਰੈਕਟਰ ਰੈਲੀਆਂ ਕੱਢੀ ਜਾ ਰਹੀਆਂ ਟੋਲ ਪਲਾਜ਼ਾ ਤੇ ਲਗਾਤਾਰ ਧਰਨੇ ਦਿੱਤੇ ਜਾ ਰਹੇ ਨੇ ਭੋਖ ਹੜਤਾਲਾਂ ਜਿਹੜੀਆਂ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਹੈਗੀਆਂ ਔਰ ਜਿਹੜੇ ਕਈ ਜਿਹੜੇ 200 ਤੋਂ ਵੱਧ ਜਿਹੜੇ ਜਿਹੜੇ ਕਿਸਾਨ ਜਿਹੜੇ ਸ਼ਹੀਦ ਵੀ ਹੋਏ ਨੇ ਕਈਆਂ ਨੇ ਰੋਸ਼ਵਜੋ ਆਪਣੀਆਂ ਕਿਸਾਨਾਂ ਨੇ ਜਾਨਾਂ ਵੀ ਦਿੱਤੀਆਂ ਹੈਗੀਆਂ ਜਿਸ ਦੇ ਚਲਦੇ ਕੇਂਦਰ ਸਰਕਾਰ ਦੇ ਕੰਨਾਂ ਤੇ ਜੂਨ ਤੱਕ ਨਹੀਂ ਸਰਕਾਰ ਜਿਸ ਦੇ ਚਲਦੇ ਕਿਸਾਨਾਂ ਵੱਲੋਂ ਜਿਹੜੇ ਜਿਹੜੇ ਰੋਸ਼ ਪ੍ਰਦਰਸ਼ਨ ਉਹਨਾਂ ਨੂੰ ਹੋਰ ਤਿੱਖਾ ਕਰਨ ਦੇ ਲਈ ਹੋਰ ਰਣਨੀਤੀਆਂ ਜਿਹੜੀਆਂ ਬਣਾਇਆ ਜਾ ਰਹੀਆਂ ਹੈਗੀਆਂ ਆ ਸਾਡੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਜੁੜੇ ਆ ਤੁਸੀਂ ਵੇਖ ਸਕਦੇ ਹੈਗੇ ਹੋ ਅਸੀਂ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹੈਗੇ ਆ ਕਿ ਕੀ ਕਹਿਣਾ ਹੈਗਾ ਇਹਨਾਂ ਨੇ ਸਾਡੀ ਸਰ ਕੀ ਕਹਿਣਾ ਹੈਗਾ ਕੀ ਰਣਨੀਤੀ ਆ ਗਈ ਜਿਸ ਨਾਲ ਜਿਹੜੇ ਖੇਤੀ ਬਿੱਲ ਬਣਾਏ ਗਏ ਹੈਗੇ ਨੇ ਉਹ ਹਜੇ ਤੱਕ ਟਰੱਸ ਦੇ ਮਸ ਜਿਹੜੀ ਕੇਂਦਰ ਸਰਕਾਰ ਨਹੀਂ ਹੋ ਰਹੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਲਿਵਿੰਗ ਇੰਡੀਆ ਦਾ ਇੱਕ ਲਿਵਿੰਗ ਇੰਡੀਆ ਜਿਹੜਾ ਗੋਦੀ মিডিਆ ਨਹੀਂ ਜਿਹੜਾ ਕੋਈ ਸਾਡੀ ਸਾਰੀ ਕੁਝ ਆਪਣੇ ਸਰੋਤਿਆਂ ਵਿੱਚ ਦੇਸ਼ ਵਿਦੇਸ਼ ਚ ਜਿਹੜੀਆਂ ਸਾਡੀਆਂ ਗੱਲਾਂ ਪਚਾਰ ਰਿਆ ਕਿਸਾਨਾਂ ਦੀਆਂ ਤੁਹਾਡੇ ਧੰਨਵਾਦੀਆਂ ਮੈਂ ਗੁਰਦੇਵਾਲ ਸਿੰਘ ਸਾਣੀ ਜ਼ਿਲ੍ਹਾ ਪ੍ਰਧਾਨ ਸੰਯੁਕਤ ਕਿਸਾਨ ਮੋਰਚਾ ਗੱਲ ਇਹ ਆ ਜੀ ਜੋ ਸਾਡੀਆਂ ਜਥੇਬੰਦੀਆਂ ਸਾਨੂੰ ਹੁਕਮ ਕਰਦੀਆਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਸਬੰਧੀ ਐਜੀਟੇਸ਼ਨਾਂ ਕਰਨ ਲਈ ਉਹਨਾਂ ਦੇ ਮਤਾਬਕ ਅਸੀਂ ਕੱਲ ਰਾਤੀ ਗਾਂਧੀ ਚੌਂਕ ਦੇ ਵਿੱਚ ਮੋਮਬਤੀਆਂ ਜਗਾ ਕੇ ਜਥੇਬੰਦੀਆਂ ਨੇ ਔਰ ਪਲਵਾਮਾ ਦੇ ਸ਼ਹੀਦਾਂ ਨੂੰ ਸਲਾਮ ਕੀਤਾ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਆ ਉਹਨਾਂ ਨੂੰ ਪ੍ਰਣਾਮ ਕੀਤਾ ਕਿ ਮੇਰੇ ਦੇਸ਼ ਵਾਸੀਓ ਉਹ ਸਾਡੇ ਦੇਸ਼ ਦੀ ਸਰਕਾਰੇ ਤੁਸੀਂ ਕਿਸਾਨਾਂ ਦਾ ਤੇ ਜਵਾਨਾਂ ਦਾ ਲਹੂ ਤਾਂ ਪੀਂਦੇ ਹੋ ਪਰ ਕੋਈ ਉਹਨਾਂ ਦਾ ਵਾਸਤੇ ਤੁਸੀਂ ਕੋਈ ਵੀ ਜੜੀ ਆ ਉਹਦੇ ਬਾਰੇ ਸੋਚਦੇ ਨਹੀਂ ਨਾ ਕਿਸਾਨਾਂ ਬਾਰੇ ਨਾ ਜਵਾਨਾਂ ਬਾਰੇ ਤੁਸੀਂ ਜਿਹੜੀ ਸਿਕਿਉਰਿਟੀ ਤੁਹਾਨੂੰ ਜਵਾਨ ਕਵਚ ਦਿੰਦੇ ਆ ਤੁਸੀਂ ਉਹਦਾ ਵੀ ਖਿਆਲ ਨਹੀਂ ਕਰਦੇ ਸੋ ਅਸੀਂ ਹੁਣ 18 ਤਰੀਕ ਨੂੰ ਜੋ ਸਾਡੇ ਜਥੇਬੰਦੀਆਂ ਦਾ ਅਜੇ ਕੱਲ ਵੀ ਛੋਟੂ RAM ਨੂੰ ਜਿਹੜੀ ਆ ਉਹਦਾ ਵੀ ਦਿਨ ਮਨਾਇਆ ਜਾ ਰਿਹਾ ਜਨਕ ਸਕਾਸਾਨੀ ਸੰਘਰਸ਼ ਵਾਸਤੇ ਸਾਰੀ ਉਮਰ ਲੜਾਈ ਲੜੀ ਆ ਔਰ 18 ਤਰੀਕ ਨੂੰ ਹਰ ਪਹਾਰਤਵੰਦ ਦੇ ਵਿੱਚ ਜਿਹੜੀ ਰੇਲ ਰੋਕੂ ਪ੍ਰੋਗਰਾਮ ਆ 18 ਤਰੀਕ ਨੂੰ ਅਸੀਂ ਇੱਥੇ ਚੱਕੀ ਬੈਂਕ ਰੇਲਵੇ ਸਟੇਸ਼ਨ ਦੇ ਕੋਲ ਫਾਟਕ ਦੇ ਕੋਲ ਬੈਠ ਕੇ ਪੂਰਾ ਜੋ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਾਂ 5 ਵਜੇ ਤੱਕ ਟਾਈਮ ਆ ਪੂਰਾ ਇੱਥੇ ਰੇਲਾਂ ਨੂੰ ਰੋਕਾਂਗੇ ਰੇਲਾਂ ਭਾਵੇਂ ਸਾਨੂੰ ਦੜਧੀਆਂ ਹੋਣੀਆਂ ਲੰਘ ਜਾਣ ਸਾਨੂੰ ਕੋਈ ਪਰਵਾਹ ਨਹੀਂ ਕਿਉਂ ਅਸੀਂ ਆਉਣ ਵਾਲੀ ਆਪਣੀ ਜਨਰੇਸ਼ਨ ਨੂੰ ਬਚਾਉਣਾ ਆਪਣੀਆਂ ਜ਼ਮੀਨਾਂ ਨੂੰ ਬਚਾਉਣਾ ਆਪਣੇ ਘਰਾਂ ਨੂੰ ਬਚਾਉਣਾ ਆਪਣੀ ਰੋਟੀ ਖਾਣ ਦੇ ਸਾਧਨਾਂ ਨੂੰ ਬਚਾਉਣਾ ਇਸ ਕਰਕੇ ਅਸੀਂ ਪੂਰੇ ਜੋਰ-ਸ਼ੋਰ ਦੇ ਨਾਲ ਜਿਲ੍ਹਾ ਪਠਾਨਕੋਟ ਦੇ ਵਿੱਚ ਚੱਕੀ ਬੈਂਕ ਰੇਲਵੇ ਸਟੇਸ਼ਨ ਨੂੰ ਪੂਰਨ ਤੌਰ ਤੇ ਬੰਦ ਕਰ ਦਿਆਂਗੇ। ਹਾਂ ਜੀ ਕੀ ਕਹਿਣਾ ਹੈ ਜੀ ਤੁਸੀਂ ਜਿਹੜਾ ਰੇਲ ਰੋਕੋ ਅੰਦੋਲਨ ਜਿਹੜਾ ਹੈ ਇਹ ਕਿਸਾਨਾਂ ਵੱਲੋਂ ਜਿਹੜਾ ਸ਼ੁਰੂ ਕੀਤਾ ਗਿਆ ਹੈ। ਰੇਲ ਰੋਕੋ ਅੰਦੋਲਨ ਜੋ ਸਾਡੇ ਕਿਸਾਨ ਜਥੇਬੰਦੀਆਂ ਨੇ ਸਾਨੂੰ ਜੋ ਸੰਦੇਸ਼ ਦਿੱਤਾ ਉਸ ਤੋਂ ਇਹ ਇਕੱਲਾ ਕਿਸਾਨਾਂ ਦਾ ਮੁੱਦਾ ਨਹੀਂ ਰਹਿ ਗਿਆ ਇਹ ਸਾਰੇ ਦੇਸ਼ ਦਾ ਮੁੱਦਾ ਹੋ ਗਿਆ ਇਹ ਡੈਮੋਕ੍ਰੇਸੀ ਦਾ ਮੁੱਦਾ ਹੋ ਗਿਆ ਇਹ ਨੌਕਰੀਆਂ ਦਾ ਮੁੱਦਾ ਹੋ ਗਿਆ ਇਸ ਦੇਸ਼ ਨੂੰ ਆਜ਼ਾਦ ਰੱਖਣ ਦਾ ਮੁੱਦਾ ਹੋ ਗਿਆ ਐ ਐਮਰਜੈਂਸੀ ਵਿੱਚ ਇਸ ਡੈਮੋਕ੍ਰੇਸੀ ਦਾ ਜੋ ਕਾਹਨ ਕੀਤਾ ਗਿਆ ਸੀ ਉਸ ਦਾ ਵੀ ਸਮੇਂ ਤੇ ਲੋਕਾਂ ਨੇ ਜਵਾਬ ਦਿੱਤਾ ਸੀ ਹੁਣ ਵੀ ਜੋ ਡੈਮੋਕ੍ਰੇਸੀ ਦਾ ਕਾਹਨ ਹੋ ਰਿਹਾ ਹੈ ਉਸ ਦਾ ਸਮੇਂ ਸਿਰ ਲੋਕ ਜਵਾਬ ਦੇਣਗੇ ਔਰ ਦਿੱਤਾ ਵੀ ਜਾ ਰਿਹਾ ਇਹ ਮੋਦੀ ਦੇਸ਼ ਨਹੀਂ ਆ ਆਰਐਸਐਸ ਸੰਵਿਧਾਨ ਨਹੀਂ ਆ ਮਾਨਨ ਸਮਰਤੀ ਸਰਕਾਰ ਨਹੀਂ ਆ ਤੋ ਜੋ ਇਹ ਇਹਨਾਂ ਨੇ ਮਾਨਨ ਸਮਰਤੀ ਨੂੰ ਪੈਦਾ ਕਰਨ ਦਾ ਜੋ ਹੀਲਾ ਕੀਤਾ ਆ ਉਸ ਦਾ ਲੋਕ ਸਮੇਂ-ਸਮੇਂ ਤੇ ਜਵਾਬ ਦੇ ਰਿਹਾ ਤੇ ਜਦ ਤੱਕ ਇਹ ਕਿਸਾਨਾਂ ਦੀਆਂ ਮੰਗਾਂ ਜੋ ਲੋਕ ਕੀਤੀ ਆ ਸਵਿਧਾਨ ਨੂੰ ਬਚਾਉਣ ਦੀਆਂ ਇਹ ਮੰਨੀਆਂ ਨਹੀਂ ਜਾਂਦੀਆਂ ਤਦੋਂ ਤੱਕ ਇਹ ਕਿਸਾਨਾਂ ਦਾ ਮਲਾਜ਼ਮਾਂ ਦਾ ਪੈਨਸ਼ਨਰਾਂ ਦਾ ਇਹ ਸਾਡੇ ਦੁੱਧ ਦੀ ਭਾਈਚਾਰੇ ਦਾ ਹੋਰ ਜਿੰਨੇ ਵੀ ਵਰਗ ਹੈਗੇ ਆ ਸ਼ਮਾਸ਼ੀਬੀ ਸੰਸਥਾਵਾਂ ਦਾ ਉਹਨਾਂ ਦਾ ਸਾਰਿਆਂ ਦਾ ਇਕੱਠ ਇਸ ਨੂੰ ਮਨਾ ਕੇ ਹੀ ਰਹੇਗਾ ਜੇ ਜਦ ਤੱਕ ਇਹ ਨਹੀਂ ਮੰਨਿਆ ਜਾਂਦੀਆਂ ਤਦ ਤੱਕ ਇਹ ਸੰਘਰਸ਼ ਲਗਾਤਾਰ ਚੱਲਦਾ ਰਹੇਗਾ ਇੱਕ ਦਿਨ ਅਸੀਂ ਇਸ ਨੂੰ ਮਨਾ ਕੇ ਹੀ ਖੜੇ ਹੋਵਾਂਗੇ ਅਸੀਂ ਚਾਹੁੰਦੇ ਹਾਂ ਜੋ ਸਭ ਤੋਂ ਬਾਅਦ ਇਹਨਾਂ ਫਿਰਕਾਪ੍ਰਸਤੀ ਪੈਦਾ ਕੀਤੀ ਆ ਜਾਤਾਂ ਧਰਮਾਂ ਵਿੱਚ ਵੰਡਿਆ ਨੌਕਰੀਆਂ ਨਾਂ ਦੇ ਕੇ ਬੇਰੁਜ਼ਗਾਰੀ ਪੈਦਾ ਕੀਤੀ ਆ ਲੋਕਤੰਤਰ ਤਦਵਾ ਕਾਣ ਕੀਤਾ ਇਸ ਦੇਸ਼ ਨੂੰ ਜੋ ਵੀ ਮਤਲਬ ਮਾੜੇ ਪਾਸੇ ਮੜੀ ਦੇਸ਼ਾਂ ਨੂੰ ਲਿਜਾਇਆ ਜਾ ਰਿਹਾ ਉਸ ਦਾ ਨਾਲ ਇਹ ਸਾਡੇ ਦੇਸ਼ ਦਾ ਨੁਕਸਾਨ ਹੋ ਲਿਆ ਅਸੀਂ ਦੇਸ਼ ਨੂੰ ਬਚਾਉਣ ਦੇ ਲਈ ਕਿਸਾਨੀ ਨੂੰ ਬਚਾਉਣ ਲਈ ਇਸ ਜਵਾਨੀ ਨੂੰ ਬਚਾਉਣ ਦੇ ਲਈ ਇਸ ਦੇਸ਼ ਦੀ ਇਕਨੋਮੀ ਨੂੰ ਬਚਾਉਣ ਦੇ ਲਈ ਸਾਰੇ ਯਤਨ ਹੋ ਰਹੇ ਆ ਇਹ ਇਕੱਲਾ ਕਿਸਾਨਾਂ ਦਾ ਸੰਘਰਸ਼ ਨਹੀਂ ਇੱਕ ਧਰਮ ਯੁੱਧ ਸੰਘਰਸ਼ ਬਣ ਗਿਆ ਜਿਹਦੇ ਵਿੱਚ ਸਾਰੇ ਹੀ ਦੇਸ਼ ਦੀਆਂ ਕੈਟਾਗਰੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਇਨਵੋਲ ਆ ਇਸ ਕਰਕੇ ਅਸੀਂ ਮੋਦੀ ਨੂੰ ਵੀ ਕਹਿੰਦੇ ਆ ਕਿ ਇਹ ਦੇਸ਼ ਤੇਰਾ ਨਹੀਂਗਾ ਇਹ ਲੋਕਤੰਤਰਕ ਦੇਸ਼ ਆ ਲੋਕਤੰਤਰਕ ਦੇਸ਼ ਦੇ ਵਿੱਚ ਜੋ ਸਾਨੂੰ ਪੀਮ ਰਾਵੇਦ ਕਰਨ ਜੀ ਨੇ ਸ਼ਬਦਾਨ ਦਿੱਤਾ ਸੀ ਉਸ ਸ਼ਬਦਾਨ ਦੇ ਅਨੁਸਾਰ ਹੀ ਇਹਨੂੰ ਚਲਾਇਆ ਜਾਵੇ ਨਾ ਕਿ ਇਹ ਆਪਣੇ ਮਨੁਸ਼ਮਰਤੀ ਦੇ ਧਿਆਨ ਦੇ ਨਾਲ ਚਲਾਇਆ ਜਾਵੇ ਜਾਂ ਜਨਤਾ ਜਾਂ ਸੰਘਰਸ਼ ਸਰਦੋ ਜਿਸ ਨੇ ਦੇਖਿਆ ਗਿਆ ਕਿ ਜਿਸਲੇ ਕਾਨੂੰਨ ਪਾਸ ਕੀਤਾ ਗਿਆ ਸੀਗਾ ਉਸ ਤੋਂ ਪਹਿਲ ਜਿਹੜੇ ਗੋਦਾਮ ਜਿਹੜੇ ਕਾਫੀ ਵੱਡੇ ਵੱਡੇ ਜਿਹੜੇ ਆ ਉਹ ਬਣਾ ਦਿੱਤੇ ਗਏ ਸੀਗੇ ਦੇਖੋ ਇਹ ਜਿਹੜੇ ਲੋਕ ਸਾਡੇ ਤੇ ਰਾਜ ਕਰਦੇ ਆ ਚਾਹੇ ਸਟੇਟਾਂ ਤੇ ਕਰਦੇ ਆ ਚਾਹੇ ਸੈਂਟਰ 'ਚ ਕਰਦੇ ਆ ਇਹ ਸਾਰੇ ਚੱਠੇ ਵਟੇਕਾ ਇਹ ਨਿਜਵਾੜਾ ਸਹੀ ਦੇ ਨਾਲ ਜਗੀਰਦਾਰੀ ਦੇ ਨਾਲ ਉਹਨਾਂ ਦੇ ਨਾਲ ਹੀ ਸਾਰੇ ਸਬੰਧਤ ਆ ਇਹਨਾਂ ਨੇ ਇਹ ਤੇ ਸਿਰਫ ਤੇ ਸਿਰਫ ਭਾਵੇਂ ਕਿਸੇ ਤਰੀਕੇ ਦੇ ਨਾਲ ਛੋਟੀ ਜਨਤਾ ਨੂੰ ਆਪਣੇ ਨੌਕਰ ਬਣਾ ਕੇ ਰੱਖਣਾ ਚਾਹੁੰਦੀ ਆ ਸੋ ਤੁਸੀਂ ਇਹ ਦੇਖੋ ਜਦੋਂ ਕਾਨੂੰਨ ਬਣਾਇਆ ਕਿਸੇ ਨੂੰ ਨਹੀਂ ਪੁੱਛਿਆ ਗਿਆ ਨੇਰੇ ਦੇ ਵਿੱਚ ਹੀ ਕਰੋਨਾ ਦੇ ਦੌਰਾਨ ਜਿਹੜਾ ਆਰਡੀਨੈਂਸ ਹੁੰਦਾ ਹੈ ਉਹ ਇੱਕ ਅਮਰਜੈਂਸੀ ਦੇ ਮੇਲੇ ਜਿਹੜਾ ਪਾਸ ਕੀਤਾ ਜਾਂਦਾ ਜਦੋਂ ਕੋਈ ਬੜੀ ਵੱਡੀ ਅਮਰਜੈਂਸੀ ਦੇਸ਼ ਦੇ ਉੱਤੇ ਬਣੀ ਹੋਵੇ ਕੋਈ ਵਿਪਤਾ ਬਣੀ ਹੋਵੇ ਨਾ ਕੋਈ ਵਿਪਤਾ ਨਾ ਕੋਈ ਅਮਰਜੈਂਸੀ ਕੋਈ ਗੱਲ ਨਹੀਂ ਕਰੋਨਾ ਦੇ ਦੌਰਾਨ ਆਪਣੇ ਬੰਦੇ ਇਕੱਠੇ ਕਰਕੇ ਉਸ ਲਈ ਫੜਾਫੜ ਕਾਨੂੰਨ ਸਾਰੇ ਜੋ ਰਾਜ ਸਭਾ ਚ ਹੋਇਆ ਤੁਸੀਂ ਵੀ ਦੇਖਿਆ ਵੀ ਰਾਜ ਸਭਾ ਚ ਕੋਈ ਕਾਨੂੰਨ ਪਾਸ ਕਰਨ ਦੀ ਵਿਧੀ ਨਹੀਂ ਉੱਥੇ ਆਪਣੀ ਮਨਮਰਜ਼ੀ ਨਾਲ ਔਰਲ ਆਰਲ ਕਰਕੇ ਚੱਲ ਮੇਰੇ ਭਾਈ ਕਰਤਾ ਤੁਸੀਂ ਦੇਖੋ ਗੱਲ ਇਹ ਆ ਮੋਦੀ ਨੇ ਇਕੱਲੇ ਕਿਸਾਨੀ ਕਾਨੂੰਨ ਬਣਾ ਕੇ ਨਹੀਂ ਦੇਸ਼ ਨੂੰ ਤਬਾਹ ਕੀਤਾ ਦੇਸ਼ ਨੂੰ ਤਬਾਹ ਸਾਰਾ ਲੋਕਤੰਤਰ ਦੇ ਵਿੱਚ ਬਣੇ ਹੋਏ ਸਰਕਾਰੀ ਅਦਾਰੇ ਪਬਲਿਕ ਸੈਕਟਰ ਸਾਰਿਆਂ ਨੂੰ ਤਬਾਹ ਕਰਕੇ ਰੱਖਤਾ ਪ੍ਰਾਫਿਟੇਬਲ ਸੈਕਟਰਾਂ ਨੂੰ ਤਬਾਹ ਕਰਕੇ ਰੱਖਤਾ ਤੁਸੀਂ ਇਹ ਗੱਲ ਦੱਸੋ ਇਹ ਇੱਕ ਜਿਹੜਾ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਆ ਇਹ ਇੱਕ ਝੁੰਮਲਿਆਂ ਦਾ ਤੇ ਸਫੇਤ ਝੂਠ ਬੋਲਣ ਵਾਲਾ ਜਿਹੜਾ ਪ੍ਰਧਾਨ ਮੰਤਰੀ ਆ ਪੁੱਛੋਗੇ ਕਿਉਂ ਤੁਸੀਂ ਦੇਖੋ ਜਿੰਨੇ ਨੇ ਲਾਰੇ ਲਾਏ ਸੀ ਇੱਕ ਵੀ ਲਾਰਾ ਜੋ ਚਪੂਰਾ ਕੀਤਾ ਗਿਆ ਜਵਾਨਾਂ ਨੂੰ ਨੌਕਰੀਆਂ ਦੇਣ ਦਾ ਸੀਗਾ ਨੌਕਰ ਕਹਿੰਦੇ ਹਰ ਸਾਲ 2 ਕਰੋੜ ਨੌਕਰੀ ਦੇ ਦਊ ਬਲਕਿ ਜਦੋਂ ਨੋਟ ਬੰਦੀ ਹੋਈ ਆ 2.5 ਕਰੋੜ ਲੋਕਾਂ ਦੀ ਨੌਕਰੀ ਜਾਂਦੀ ਰਹੀ ਆ ਤੁਸੀਂ ਇਹ ਦੱਸੋ ਹਿੰਦੁਸਤਾਨ ਪੈਟਰੋਲੀਅਮ ਵਰਗੀਆਂ ਜਿਹੜੀਆਂ ਇੰਨੀਆਂ ਪ੍ਰੋਫਿਟੇਬਲ ਸੀ ਉਹਨੂੰ ਵੇਚ ਦਿੱਤਾ ਗਿਆ ਰੇਲਾ ਅਡਾਨੀ ਬਾਨੀ ਨੂੰ ਕੀ ਲੋੜ ਹੈ ਵੇਚਣ ਦੀ ਉਹ ਵੇਚ ਦਿੱਤੀਆਂ ਗਈਆਂ ਬੈਂਕ ਜਿਹੜੇ ਲੋਕਾਂ ਨੇ ਜਦੋਂ ਜਾਤ ਕਰਕੇ ਆਜ਼ਾਦ ਕਰਾ ਕੇ ਸਰਕਾਰੀ ਅਦਾਰੇ ਠੀਕ ਹੈ